ब्रांच ਦਾ ਰਗਵਾਹਾ ਜੋ ਸੂਬਾ ਚੱਲਦਾ ਸੀ ਉਹ ਟੁੱਟ ਗਿਆ ਹੈ। 11987 ਨੰਬਰ ਮੋਗੀ ਦੇ ਵਿੱਚ ਬਹੁਤ ਵੱਡਾ ਪਾੜ ਪਿਆ ਜਿਸ ਦਾ ਸਾਨੂੰ ਬਹੁਤ ਵੱਡਾ ਨੁਕਸਾਨ ਕਰਨਾ ਪਊਗਾ ਅਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਨਹਿਰੀ ਮਹਿਕਮੇ ਵਾਲਿਆਂ ਦੇ ਕੁਛ ਮੁਲਾਜ਼ਮ ਇੱਥੇ ਮੌਜੂਦ ਹਨ, ਸੋ ਕਿਰਪਾ ਕਰਕੇ ਇਹਨਾਂ ਨੂੰ ਬੈ ਵਗੈਰਾ ਜੋ ਵੀ ਸਮਾਨ ਸਾਨੂੰ ਸੂਬੇ ਦਾ ਕੱਟ ਰੇਲਵੇ ਦਾ ਨਾਲ ਵੀ ਨੁਕਸਾਨ ਹੋਣ ਦਾ ਬਹੁਤ ਵੱਡਾ ਚਾਂਸ ਹੈ। ਸਾਡੇ ਸੂਬੇ ਦੇ ਨਾਲ ਜੋ ਜਿੱਥੇ ਸੂਬਾ ਟੁੱਟਿਆ ਹੈ ਉਸ ਜ਼ਿਮੀਂਦਾਰ ਦਾ ਨੁਕਸਾਨ 5-7 ਕਿੱਲਿਆਂ ਦਾ ਰੇਗ ਪੈਣ ਕਾਰਨ ਪਾੜ ਪੈਣ ਕਾਰਨ ਬਹੁਤ ਜ਼ਿਆਦਾ ਹੋ ਗਿਆ ਹੈ। ਸੂਬਾ ਟੁੱਟ ਗਿਆ, ਹੁਣ ਆਪਾਂ ਇਹਨਾਂ ਵੱਲੋਂ ਗੱਟੇ ਵਗੈਰਾ ਦਾ ਇੰਤਜ਼ਾਮ ਕਰ ਆ ਰਹੇ ਜੀ। ਗੱਟੇ ਵੀ ਆ ਰਹੇ ਨੇ ਬੈਗ ਲੋਕ ਜ਼ਿਮੀਂਦਾਰ ਵੱਲੋਂ ਸਟਾਫ ਵੱਲੋਂ ਕੀਤਾ ਜਾ ਰਿਹਾ, ਨੱਕਾ ਮੌਕੇ 'ਤੇ ਬੰਦ ਕਰਨ ਦੀ ਕੋਸ਼ਿਸ਼ ਉਪਰਾਲੇ ਕੀਤੇ ਜਾ ਰਹੇ ਨੇ ਜੀ। ਵਿਭਾਗ ਵੱਲੋਂ ਕੀ ਇੰਤਜ਼ਾਮ ਹੋਇਆ ਸਰ? ਵਿਭਾਗ ਵੱਲੋਂ ਹੁਣ ਥਰਮਲ ਪਲਾਂਟ ਆਪਣੇ ਪੈਂਦੇ ਜੀ ਇੱਥੇ ਜੀ ਬ੍ਰਾਂਚ ਦੇ ਉੱਪਰ, ਇਹਨਾਂ ਵੱਲੋਂ ਵੀ ਅਸੀਂ ਗੱਟੇ ਬੈਗ ਮੁਹੱਈਆ ਕਰਾਏ ਨੇ। ਬੈਗ ਪ੍ਰਤੀਨਿਧੀ ਤੌਰ 'ਤੇ ਕਿਸੇ ਹੋਰ ਪਾਸੇ ਵੀ ਮੈਨੇ ਇੰਤਜ਼ਾਮ ਕੀਤੇ ਨੇ। 300-400 ਗੱਟਾ ਆ ਰਿਹਾ।